ਪਠਾਨਕੋਟ ਵਿੱਚ ਵਨ ਵਿਭਾਗ ਦੀ ਜ਼ਮੀਨ ਨੂੰ ਲੈ ਕੇ ਵਾਦ ਵਿਵਾਦ ਖੜਾ ਹੋ ਗਿਆ ਹੈ। ਵਿਭਾਗ ਦੇ ਅਧਿਕਾਰੀਆਂ ਦਾ ਦੋਸ਼ ਹੈ ਕਿ ਕਿਸਾਨ ਨੇ ਉਹਨਾਂ ਦੇ ਲਾਏ ਪੌਦੇ ਨਸ਼ਟ ਕਰ ਦਿੱਤੇ ਹਨ। ਵਨ ਵਿਭਾਗ ਦੇ ਰੇਂਜਰ ਸਤਨਾਮ ਸਿੰਘ ਬੋਪਾਰਾਏ ਨੇ ਦੱਸਿਆ ਕਿ ਫਰੀਦਨਗਰ ਨਜ਼ਦੀਕ ਉਹਨਾਂ ਦੇ ਮਹਿਕਮੇ ਦੀ ਸਰਕਾਰੀ ਜ਼ਮੀਨ ਹੈ, ਜਿੱਥੇ ਪਿਛਲੇ ਸਾਲ ਪੌਦੇ ਲਗਾਏ ਹੋਏ ਸਨ, ਪਰ ਇੱਕ ਕਿਸਾਨ ਵੱਲੋਂ ਜ਼ਮੀਨ 'ਤੇ ਕਬਜ਼ਾ ਕਰਨ ਦੇ ਯਤਨਾਂ ਤਹਿਤ ਉਹ ਪੌਦੇ ਪੁੱਟ ਸੁੱਟੇ। ਉਹਨਾਂ ਦੱਸਿਆ ਕਿ ਇਸ ਮਾਮਲੇ ਦੀ ਪੁਲਿਸ ਕੋਲ ਲਿਖਤੀ ਦਰਖਾਸਤ ਵੀ ਦੇ ਦਿੱਤੀ ਹੈ। ਫਰੀਦਨਗਰ ਫੀਡਰ ਆ, ਉੱਥੇ ਸਾਡੀ ਜਿਹੜੀ ਸਾਡੀ ਸਰਕਾਰੀ ਸਟ੍ਰਿਪ ਆ, ਉੱਥੇ ਅਸੀਂ ਪਲਾਂਟੇਸ਼ਨ ਕੀਤੀ ਸੀ 2018-19 'ਚ। ਉੱਥੇ ਕਿਸਾਨ ਆ ਸੁਰਿੰਦਰ ਸਿੰਘ, ਸਾਨੂੰ ਅਜੀਤ ਸਿੰਘ, ਉਹਨੇ ਅੱਗੇ ਵੀ ਨਜਾਇਜ਼ ਕਬਜ਼ਾ ਕੀਤਾ ਸੀ, ਅਤੇ ਉਸ ਤੋਂ ਇਲਾਵਾ ਹੁਣ ਫਿਰ ਇਹਨੇ ਦੁਬਾਰਾ ਸਾਡੇ ਉੱਥੇ ਪਲਾਂਟੇਸ਼ਨ ਦੇ ਬੂਟੇ 200 ਪੁੱਟ ਕੇ, ਲਗਭਗ 3 ਕਰੋੜ ਜ਼ਮੀਨ ਜਿਹੜੀ ਆ ਪੁੱਟ ਕੇ, ਟਰੈਕਟਰ ਦੀ ਵਾਈ ਕਰਕੇ ਆਪਣੇ ਕਬਜ਼ੇ 'ਚ ਲੈ ਲਈ ਹੈ। ਇਸ ਸੰਬੰਧ ਵਿੱਚ ਜਿਹੜਾ ਸਾਡਾ ਸਟਾਫ ਪਹੁੰਚਿਆ, ਜਿਹੜਾ ਟਰੈਕਟਰ ਆਪਣਾ ਲੈ ਕੇ ਭੱਜ ਗਿਆ, ਇਸ ਵਕਤ ਅਸੀਂ ਆਪਣੇ ਥਾਣਾ ਸਦਰ ਕਾਨਵਾਂ ਜਿਹੜਾ ਪਠਾਨਕੋਟ ਆ, ਉੱਥੇ ਸੂਚਨਾ ਦਿੱਤੀ। ਉਸ ਤੋਂ ਬਾਅਦ ਲਿਖਤੀ ਰੂਪ ਵਿੱਚ ਵੀ ਮੁੱਖ ਥਾਣਾ ਅਫਸਰ ਅਸੀਂ ਸਦਰ ਪਠਾਨਕੋਟ ਨੂੰ ਲਿਖਿਆ, ਇਸ ਮੁਸੀਬਤ ਕਾਰਵਾਈ ਕੀਤੀ ਜਾਵੇ। ਪਠਾਨਕੋਟ ਤੋਂ ਗੁਰਦੇਵ ਸਿੰਘ ਜੌਹਲ ਦੀ ਰਿਪੋਰਟ। ਫਿਲਹਾਲ ਦੇ ਲਈ ਇੰਨਾ ਹੀ। ਤਾਜ਼ਾ ਤਰੀਨ ਜਾਣਕਾਰੀ ਦੇ ਲਈ ਜੁੜੇ ਰਹੋ ਸੀਸੀ ਨਵਾਜ਼ ਦੇ ਨਾਲ, ਅਤੇ ਜੇਕਰ ਤੁਸੀਂ ਵੀ ਸਾਡਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਥੱਲੜੇ ਨੰਬਰਾਂ 'ਤੇ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ। ਅਗਲੇਰੀ ਜਾਣਕਾਰੀ ਤੱਕ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।